看到二路三线。ਸਾਰਿਆਂ ਨੂੰ ਬਰਾਬਰ ਦੇ ਹੱਕ ਮਿਲਣਗੇ ਜੇ ਸਾਡੇ ਅਸੀਂ ਮਹਾਰਾਜਾ ਰਣਜੀਤ ਸਿੰਘ ਵਰਗਾ ਖਾਲਸਾ ਰਾਜ ਬਣਾਵਾਂਗੇ ਉਸ ਦੇ ਮੁਸਲਮਾਨ ਪਾਕਿਸਤਾਨ ਦੇ ਵਿੱਚ ਆਜ਼ਾਦੀ ਦਾ ਦਿਨ ਮਨਾਇਆ। ਅੱਜ ਸਾਡੇ ਹਿੰਦੂ ਵੀਰ ਆਜ਼ਾਦੀ ਦਾ ਦਿਨ ਮਨਾ ਰਹੇ ਹੈ। 1947 ਦੇ ਵਿੱਚ ਸਿੱਖਾਂ ਦਾ ਵੀ ਹੱਕ ਸੀ ਕਿ ਉਹਨਾਂ ਨੂੰ ਵੀ ਅਲੈਦਾ ਇੱਕ ਮੁਲਕ ਮਿਲੇ, ਕਿਉਂ ਕਰਕੇ 1849 ਦੇ ਵਿੱਚ ਜਿਹੜੀ ਸੰਧੀ ਅੰਗਰੇਜ਼ਾਂ ਅਤੇ ਸਿੱਖਾਂ ਨੇ ਬਣਾਈ ਸੀ ਉਹਦੇ ਵਿੱਚ ਲਿਖਿਆ ਸੀਗਾ ਕਿ ਜਦੋਂ ਮਹਾਰਾਜਾ ਦਲੀਪ ਸਿੰਘ ਆਪਣੀ ਪੂਰੀ ਉਮਰ 'ਤੇ ਹੋ ਜਾਣਗੇ ਤਾਂ ਫਿਰ ਜਿਹੜੀ ਬਾਦਸ਼ਾਹੀ ਹੈ ਸਿੱਖ ਰਾਜ ਦੀ, ਮਹਾਰਾਜਾ ਰਣਜੀਤ ਸਿੰਘ ਦੀ ਲਾਹੌਰ ਦਰਬਾਰ ਦੀ, ਉਹ ਵਾਪਸ ਕੀਤੀ ਜਾਊਗੀ। ਸੋ ਜੇ ਸਾਡੀ ਬਾਦਸ਼ਾਹੀ ਨੂੰ ਮੁਅੱਤਲ ਕੀਤਾ ਗਿਆ ਤਾਂ ਜਿਹੜੀ ਮੁਅੱਤਲ ਹੋਈ ਹੋਈ ਚੀਜ਼ ਹੁੰਦੀ ਹੈ ਉਹ ਫਿਰ ਸੁਰਜੀਤ ਹੋ ਜਾਂਦੀ ਹੈ। ਪਰ 1857 ਦੇ ਵਿੱਚ 57 ਦੇ ਵਿੱਚ ਜਿਹੜਾ ਗਦਰ ਹੋਇਆ ਸੀਗਾ ਉਸ ਵੇਲੇ ਮੁਗਲ ਰਾਜ ਸੀ, ਮੁਸਲਮਾਨਾਂ ਦਾ ਰਾਜ ਸੀਗਾ, ਉਹ ਰਾਜ ਭੰਗ ਕਰਤਾ ਸੀ ਅੰਗਰੇਜ਼ਾਂ ਨੇ। ਜਿਹਦਾ ਮਤਲਬ ਹੈ ਕਿ 1947 ਦੇ ਵਿੱਚ ਜਦੋਂ ਅੰਗਰੇਜ਼ਾਂ ਨੇ ਇਹ ਦੇਸ਼ ਛੱਡਿਆ ਅਤੇ ਸਿੱਖਾਂ ਦਾ ਸਭ ਤੋਂ ਜ਼ਿਆਦਾ ਹੱਕ ਬਣਦਾ ਸੀਗਾ ਕਿ ਉਹਨਾਂ ਦਾ ਵੀ ਰਾਜ ਆਪਣੇ ਇਲਾਕੇ ਪੰਜਾਬ ਦੇ ਵਿੱਚ ਅਲੈਦਾ ਬਾਦਸ਼ਾਹੀ ਕਾਇਮ ਕੀਤੀ ਜਾਵੇ, ਕਿਉਂ ਕਰਕੇ ਮੁਸਲਮਾਨਾਂ ਦਾ ਰਾਜ 1857 ਦੇ ਵਿੱਚ ਭੰਗ ਕਰਤਾ ਸੀ ਅਤੇ ਹਿੰਦੂਆਂ ਦਾ ਕਦੇ ਰਾਜ ਹੀ ਨਹੀਂ ਹੋਇਆ ਇੰਡੀਆ ਦੇ ਵਿੱਚ ਸਿਵਾਏ ਅਯੋਧਿਆ ਤੋਂ। ਤਾਂ ਫਿਰ ਜਿਹੜੇ ਅੰਗਰੇਜ਼ਾਂ ਨੇ ਸਿੱਖਾਂ ਦੇ ਨਾਲ ਜਿਹੜਾ ਧੋਖਾ ਕੀਤਾ ਉਹ ਬਹੁਤ ਭਾਰੀ ਬੇਈਮਾਨੀ ਕੀਤੀ ਹੈ। ਅਤੇ ਅੱਜ ਤਦੇ ਮੈਂ ਕਿਹਾ ਤੁਹਾਨੂੰ ਸ਼ਾਇਦ ਦੁੱਖ ਲੱਗੇ ਮੈਂ ਕੀ ਕਹਿ ਰਿਹਾ ਕਿ ਹਿੰਦੂ ਮਨਾ ਰਹੇ ਹੈ ਅਤੇ ਮੁਸਲਮਾਨ ਮਨਾ ਰਹੇ ਹੈ। ਠੀਕ ਹੈ, ਹਿੰਦੂ ਅਤੇ ਮੁਸਲਮਾਨਾਂ ਨੂੰ ਦੁੱਖ ਤਾਂ ਲੱਗੂਗਾ, ਪਰ ਮੇਰਾ ਮਤਲਬ ਹੈ ਕਿ ਸੱਚਾਈ ਤਾਂ ਹਿਸਟੋਰੀਕਲ ਫੈਕਟ ਤਾਂ ਇਹ ਹੈ ਕਿ ਸਿੱਖਾਂ ਦਾ ਵੀ ਅਲੱਗ ਇੱਕ ਮੁਲਕ ਬਣਨਾ ਚਾਹੀਦਾ ਸੀ ਜਿਹੜਾ ਸਾਡੇ ਨਾਲ ਬਹੁਤ ਧੋਖਾ ਹੋਇਆ। ਹੁਣ ਜਿਹੜੇ ਅਸੀਂ ਸਿੱਖ ਪਾਕਿਸਤਾਨ ਦੇ ਵਿੱਚ ਹੈਗੇ ਹਾਂ, ਅਸੀਂ ਉੱਥੇ ਮੁਸਲਮਾਨ ਦੇ ਗੁਲਾਮ ਹਾਂ। ਜਿਹੜੇ ਅਸੀਂ ਸਿੱਖ ਹਿੰਦੁਸਤਾਨ 'ਚ ਹੈ ਅਸੀਂ ਹੁਣ ਇੱਥੇ ਹਿੰਦੂ ਦੇ ਗੁਲਾਮ ਹੈ। ਗੁਲਾਮ ਕਿਵੇਂ ਤੁਸੀਂ ਕਹੋਗੇ, ਕਿਵੇਂ ਤੁਸੀਂ ਕਹਿੰਦੇ ਹੋ, ਕਿਉਂ ਕਰਕੇ ਪੰਜਾਬੀ ਸੂਬਾ ਅਸੀਂ ਮੰਗਦੇ ਸੀਗੇ 1947 ਤੋਂ ਬਾਅਦ, ਪਰ 60,000 ਸਿੱਖ ਅਕਾਲੀ ਗ੍ਰਿਫਤਾਰ ਹੋਏ ਅਤੇ 1966 ਦੇ ਵਿੱਚ ਜਿਹੜਾ ਪੰਜਾਬੀ ਸੂਬਾ ਸਾਨੂੰ ਮਿਲਿਆ ਉਹਦੇ ਵਿੱਚੋਂ ਸਾਰੇ ਪੰਜਾਬੀ ਬੋਲਦੇ ਇਲਾਕੇ ਹਰਿਆਣੇ ਅਤੇ ਹਿਮਾਚਲ ਦੇ ਕੱਢ ਕੇ ਸਾਨੂੰ ਛੋਟਾ ਜਿਹਾ ਪੰਜਾਬੀ ਦੇ ਦਿੱਤੀ। ਅਤੇ ਉਦੋਂ ਬਾਅਦ ਜਿਹੜਾ ਬਲੂ ਸਟਾਰ ਹੋਇਆ, ਮਿਲਟਰੀ ਓਪਰੇਸ਼ਨ ਹੋਇਆ, ਹਿੰਦ ਹਕੂਮਤ ਨੇ, ਇੰਦਰਾ ਗਾਂਧੀ ਨੇ ਮਿਲਟਰੀ
ਸਾਡੇ ਨੌਜਵਾਨ ਲੀਡਰ ਸ਼ਹੀਦ ਕਰਤੇ ਸਨ, ਜਰਨੈਲ ਸਿੰਘ ਭਿੰਡਰਾਂ ਵਾਲੇ, ਅਮਰੀਕ ਸਿੰਘ, ਸ਼ਵੇਗ ਸਿੰਘ, ਜਨਰਲ ਸਾਰੇ, ਅਤੇ ਅਕਾਲ ਤਖ਼ਤ ਸਾਹਿਬ ਨੂੰ ਬਿਲਕੁਲ ਤਹਿਸ਼ ਨਹਿਸ਼ ਕੀਤਾ ਗਿਆ, ਵੈਂਡਲਿਜ਼ਮ ਕੀਤੀ ਗਈ। ਸਾਡੀ ਸਿੱਖ ਰੈਫਰੈਂਸ ਲਾਇਬ੍ਰੇਰੀ ਚੁਰਾ ਕੇ ਲੈ ਗਏ। ਪਰ ਸਾਡੇ ਨਾਲ ਹਿੰਦੂਆਂ ਨੇ ਹਮਦਰਦੀ ਨਹੀਂ ਦਿਖਾਈ, ਕਿਉਂ ਕਰਕੇ ਵਾਜਪਾਈ ਸਾਹਿਬ ਨੇ ਕਿਹਾ ਕਿ ਇਹ ਇੰਦਰਾ ਗਾਂਧੀ ਸਾਡੀ ਦੁਰਗਾ ਮਾਤਾ, ਅਤੇ ਅਡਵਾਨੀ ਸਾਹਿਬ ਨੇ ਕਿਹਾ ਕਿ ਇਹ ਕੰਮ 6 ਮਹੀਨੇ ਪਹਿਲਾਂ ਹੋ ਜਾਣਾ ਚਾਹੀਦਾ ਸੀਗਾ। ਹੁਣ ਤੁਸੀਂ ਦੇਖੋ ਕਿ ਉਸ ਤੋਂ ਬਾਅਦ ਰਾਜੀਵ ਗਾਂਧੀ ਨੇ ਨਸਲਕੁਸ਼ੀ ਕੀਤੀ ਸਿੱਖਾਂ ਦੀ ਸਾਰੇ ਇੰਡੀਆ ਦੇ ਵਿੱਚ, ਪਰ ਅਜੇ ਤੱਕ ਸਾਨੂੰ ਇਨਸਾਫ ਬਿਲਕੁਲ ਨਹੀਂ ਮਿਲਿਆ ਹੈਗਾ। ਕੋਈ ਵੀ ਦੋਸ਼ੀ ਫੜਿਆ ਨਹੀਂ ਗਿਆ, ਜਿਨ੍ਹਾਂ ਨੇ ਇਹ ਸਾਰੇ ਫੌਜ ਨੂੰ ਵੀ ਮਾਰਿਆ, ਜਿਹੜੇ ਪਲੈਟਫਾਰਮ 'ਤੇ ਫੌਜੀ ਤੁਰ ਰਹੇ ਸੀਗੇ ਸਿੱਖ, ਉਹਨਾਂ ਨੂੰ ਵੀ ਮਾਰਤਾ। ਹਰਕਿਸ਼ਨ ਸਿੰਘ ਸੁਰਜੀਤ ਸੀਗੇ, ਕਾਮਰੇਡ ਸੀਗੇ, ਪਰ ਕਿਉਂ ਕਰਕੇ ਉਹ ਪੱਗ ਬੰਨਦੇ ਸੀਗੇ, ਉਹਨਾਂ ਨੇ ਕਿਸੇ ਥਾਣੇ ਦੇ ਵਿੱਚ ਜਾ ਕੇ ਪਨਾਹ ਲੈ ਲਈ। ਖੁਸ਼ਵੰਤ ਸਿੰਘ ਐਡੇ ਵੱਡੇ ਲਿਖਾਰੀ ਸੀਗੇ, ਜਿਹੜੇ ਇੰਦਰਾ ਗਾਂਧੀ ਦੀ ਬਹੁਤ ਤਾਰੀਫ ਕਰਦੇ ਸੀ, ਉਹਨਾਂ ਨੇ ਰੱਖਿਆ ਸਵੀਡਨ ਦੀ ਐਮਬੈਸੀ ਦਿੱਲੀ ਦੇ ਵਿੱਚ ਲਈ ਜਾ ਕੇ। ਸੋ ਮੇਰਾ ਮਤਲਬ ਹੈ ਕਿ ਸਾਡੇ ਉੱਤੇ ਬਹੁਤ ਜ਼ੁਲਮ ਹੋ ਰਿਹਾ, ਅਤੇ ਹੁਣ ਵੀ ਮੋਦੀ ਸਰਕਾਰ ਨੇ, RSS, BJP ਨੇ ਜਿਹੜੀ ਨਵੀਂ ਮੁਹਿੰਮ ਚਲਾਈ ਹੈ ਕਿ ਸਿੱਖਾਂ ਨੂੰ ਅਸੈਸੀਨੇਟ, ਕਤਲ ਕਰ ਦਿਓ, ਬੇਸ਼ੱਕ ਇੰਡੀਆ ਦੇ ਵਿੱਚ ਹੋਣ, ਬੇਸ਼ੱਕ ਬਾਹਰ ਹੋਣ, ਅਤੇ ਉਹਨਾਂ ਨੂੰ ਮੋਦੀ ਸਾਹਿਬ ਨੇ ਆਪ ਕਿਹਾ ਕਿ ਪਹਿਲਾਂ ਜਿਹੜੇ ਸਿੱਖ ਖਾਲਿਸਤਾਨ ਜਾਂ ਆਜ਼ਾਦੀ ਦੀ ਮੰਗ ਕਰਦੇ ਸੀ, ਅਸੀਂ ਉਹਨਾਂ ਦੀ ਲਿਖਤ ਤੌਰ 'ਤੇ ਜਿਹੜੇ ਦੇਸ਼ਾਂ ਦੇ ਵਿੱਚੋਂ ਜਾ ਕੇ ਪਨਾਹ ਲੈ ਲੈਂਦੇ ਸੀ, ਉੱਥੇ ਸਾਰੀ ਰਿਪੋਰਟ ਭੇਜਦੇ ਸੀਗੇ। ਪਰ ਮੋਦੀ ਸਾਹਿਬ ਕਹਿੰਦੇ ਹੁਣ ਨਹੀਂ, ਹੁਣ ਅਸੀਂ ਜਿੱਥੇ ਵੀ ਇਹ ਬੈਠੇ ਹੋਣਗੇ ਉੱਥੇ ਇਹਨਾਂ ਨੂੰ ਜਾਨੋਂ ਮਾਰ ਦਾਂਗੇ। ਇਸ ਕਰਕੇ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿੱਜਰ ਨੂੰ ਮਾਰਤਾ, ਮਲਿਕ ਨੂੰ ਮਾਰਤਾ, ਸੁਖਜੋਲ ਸਿੰਘ ਨੂੰ ਮਾਰਤਾ, ਬਰਤਾਨੀਆ ਦੇ ਵਿੱਚ ਅਵਤਾਰ ਸਿੰਘ ਖੰਡੇ ਨੂੰ ਮਾਰਤਾ, ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਮਾਰਤਾ, ਫਿਰ ਲਖਬੀਰ ਸਿੰਘ ਰੋਡੇ ਨੂੰ ਮਾਰਤਾ, ਇੱਥੇ ਹਰਿਆਣੇ ਦੇ ਵਿੱਚ ਸਾਡੇ ਦੀਪ ਸਿੰਘ ਸਿੱਧੂ ਨੂੰ ਮਾਰਤਾ, ਪੰਜਾਬ ਦੇ ਵਿੱਚ ਮੂਸੇਵਾਲ ਨੂੰ ਮਾਰਤਾ, ਅਤੇ ਕੈਨੇਡਾ ਦੇ ਵਿੱਚ ਕੋਸ਼ਿਸ਼ ਕੀਤੀ ਕਿ ਪੰਨੂ ਨੂੰ ਵੀ ਮਾਰ ਦਈਏ। ਪਰ ਅਮਰੀਕਾ ਦੀ ਜਿਹੜੀ ਇੰਟੈਲੀਜੈਂਸ ਸੀਗੀ ਉਹ ਐਡੀ ਤੇਜ਼ ਸੀ, ਉਹਨੇ ਸਾਰੀਆਂ ਗੱਲਾਂ ਟੇਪ ਕਰਦੀਆਂ ਕਿ ਕਿਵੇਂ ਪੰਨੂ ਨੂੰ ਮਾਰਨਾ ਹੈ, ਅਤੇ ਅੱਜ ਉਹ ਜਿਹੜਾ ਗੁਪਤਾ ਜਿਹਨੇ ਮਾਰਨਾ ਸੀ ਉਸ ਨੂੰ ਫੜ ਲਿਆ ਅਮਰੀਕਾ ਨੇ, ਅਤੇ ਉਸ ਦੀ ਤਫਤੀਸ਼ ਹੋ ਰਹੀ ਹੈ, ਉਹਦਾ ਕੇਸ ਚੱਲ ਰਿਹਾ ਹੈਗਾ। ਅਤੇ ਇਸ ਦੇ ਨਾਲ ਇੰਡੀਆ ਨੇ ਅਮਰੀਕਾ, UK, ਕੈਨੇਡਾ, ਪਾਕਿਸਤਾਨ ਦੀ ਬਾਦਸ਼ਾਹੀ ਸੋਵਰੈਨਿਟੀ ਦੇ ਵਿੱਚ ਹਕੂਮਤ ਤੇ ਭਾਰਤ ਆਜ਼ਾਦੀ ਦਿਵਸ ਮਨਾ ਰਿਹਾ, ਪਰ ਸੰਨ 1947 ਵਾਲੇ ਦਿਨ, ਅੱਜ ਦੇ ਦਿਨ ਜੋ ਵਾਪਰਿਆ ਉਹਦਾ, ਜਾਂ 1984 ਦਾ, ਜਾਂ ਗੁਰੂ ਸਾਹਿਬ ਦੀਆਂ ਹੋਈਆਂ ਬੇਅਦਬੀਆਂ ਦਾ 2015 ਦੇ ਵਿੱਚ, ਅਤੇ 35-35, 25-25 ਸਾਲਾਂ ਤੋਂ ਅੰਦਰ ਨਜ਼ਰਬੰਦ ਬੰਦੀ ਸਿੰਘ ਨਾਲ ਦਿਬੜੂਗੜ੍ਹ ਵਾਲੇ ਸਿੰਘ, ਕਿਸੇ ਨੂੰ ਵੀ ਅੱਜ ਤੱਕ ਰਿਹਾਅ ਨਹੀਂ ਕੀਤਾ ਗਿਆ, ਅਤੇ ਸਿੱਖ ਕੌਮ ਨੂੰ ਕੋਈ ਵੀ ਇਨਸਾਫ਼ ਨਹੀਂ ਦਿੱਤਾ ਗਿਆ। ਜਿਸ ਤਰੀਕੇ ਨਾਲ ਡੈਮੋਕ੍ਰੇਟਿਕ ਦੇਸ਼ ਘੱਟ ਗਿਣਤੀਆਂ ਨੂੰ ਜਾਂ ਆਪਣੇ ਵਸ਼ਿੰਦਿਆਂ ਨੂੰ ਸਾਂਭ ਕੇ ਰੱਖਦਾ ਹੈ ਅਤੇ ਉਹਨਾਂ ਦੀਆਂ ਭਾਵਨਾਵਾਂ ਨੂੰ ਸਮਝ ਕੇ ਇਨਸਾਫ਼ ਦਿੰਦਾ ਹੈ,
ਇਹ ਬਿਲਕੁਲ ਸਾਡੇ ਨਾਲ ਸਾਡੀ ਕੌਮ ਦੀ ਤੋਹੀਨ ਕੀਤੀ ਗਈ ਹੈ ਹਿੰਦੂਵਤ ਗੌਰਮੈਂਟ ਵੱਲੋਂ। ਭਾਵੇਂ ਉਹ ਕਾਂਗਰਸ ਹੋਵੇ, ਭਾਵੇਂ ਬੀਜੇਪੀ ਹੋਵੇ, ਭਾਵੇਂ ਆਮ ਆਦਮੀ ਪਾਰਟੀ ਹੋਵੇ, ਉਹਨਾਂ ਨੇ ਨਸਲਕੁਸ਼ੀ ਕਰਨ ਦਾ ਯਤਨ ਕੀਤਾ ਹੈ। ਔਰ ਜੇ ਪਾਕਿਸਤਾਨ ਦੇ ਵਿੱਚ ਮੁਸਲਮਾਨਾਂ ਨੂੰ ਉਹਨਾਂ ਦਾ ਦੇਸ਼ ਮਿਲ ਸਕਦਾ ਹੈ ਤੇ ਸਾਡੇ ਸਿੱਖ ਉੱਥੇ ਵੀ ਗੁਲਾਮ ਹੈ ਤੇ ਸਾਡੇ ਸਿੱਖ ਹਿੰਦੁਸਤਾਨ ਦੇ ਵਿੱਚ ਵੀ ਗੁਲਾਮ ਹੈ। ਤੇ ਜਿਹੜੀ ਕੌਮ ਨੇ 93% ਕੁਰਬਾਨੀਆਂ ਦੇ ਕੇ ਇੱਕ ਦੇਸ਼ ਆਜ਼ਾਦ ਕਰਾਇਆ ਹੋਵੇ, ਜਿਹੜੀ ਕੌਮ ਨੇ ਆਪਣੇ ਸੀਸ ਦਾ ਬਲੀਦਾਨ ਦਿੱਤਾ ਹੋਵੇ, ਉਸੇ ਕੌਮ ਨੂੰ ਖਤਮ ਕਰਨ ਦਾ ਯਤਨ ਹਕੂਮਤ ਵੱਲੋਂ ਕੀਤਾ ਜਾਵੇ ਤੇ ਫਿਰ ਉਹ ਆਜ਼ਾਦੀ ਕਿਸ ਤਰ੍ਹਾਂ ਮਨਾ ਸਕਦੇ ਹੈ। ਅੱਜ ਜਿੱਥੇ ਇਹ ਦੇਸ਼ ਆਜ਼ਾਦੀ ਦੀਆਂ ਗੱਲਾਂ ਕਰਦਾ ਹੈ, ਉੱਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਦਲ ਖਾਲਸਾ ਰਲ ਕੇ ਬਲੈਕ ਡੇ ਮਨਾਉਣ ਜਾ ਰਿਹਾ, ਕਾਲਾ ਦਿਨ ਮਨਾਉਣ ਜਾ ਰਿਹਾ। ਹਰ ਵਾਰ ਸਾਨੂੰ ਮਨਾਉਣਾ ਪੈਂਦਾ ਹੈ, ਸਾਡੀ ਮਜਬੂਰੀ ਇਹ ਹੈ ਕਿ ਸਾਨੂੰ ਇਨਸਾਫ਼ ਨਹੀਂ ਮਿਲਦਾ। ਜੇ ਸਾਨੂੰ ਇਨਸਾਫ ਦੇ ਦੇਣ ਤੇ ਫਿਰ ਅਸੀਂ ਕਿਉਂ ਕਾਲਾ ਦਿਨ ਮਨਾਈਏ, ਅਸੀਂ ਵੀ ਆਜ਼ਾਦੀ ਮਨਾਈਏ, ਪਰ ਸਾਨੂੰ ਆਜ਼ਾਦੀ ਅੱਜ ਤੱਕ ਮਿਲੀ ਨਹੀਂ। ਇਸ ਕਰਕੇ ਅੱਜ ਬਲੈਕ ਡੇ ਜਿਹੜਾ ਰੋਸ ਮਾਰਚ ਅਸੀਂ ਕਰਾਂਗੇ, ਉਹਦੀ ਅਰਦਾਸ ਵੀ ਗੁਰੂ ਸਾਹਿਬ ਦੇ ਚਰਨਾਂ 'ਚ ਕਰਾਂਗੇ। ਕੌਮ ਨੂੰ ਜਿਸ ਤਰ੍ਹਾਂ ਦੂਜੀਆਂ ਕੌਮਾਂ ਨੂੰ ਉਹਨਾਂ ਦਾ ਘਰ ਮਿਲਿਆ, ਸਿੱਖ ਕੌਮ ਨੂੰ ਵੀ ਉਹਨਾਂ ਦਾ ਘਰ ਮਿਲੇ, ਕਿਉਂਕਿ ਸਿੱਖ ਕੌਮ ਨਾ ਗੀਤਾ ਦੀ ਬੇਅਦਬੀ ਕਰਦੀ ਹੈ ਤੇ ਨਾ ਕੁਰਾਨ ਦੀ ਤੇ ਨਾ ਬਾਈਬਲ ਦੀ। ਇਸੇ ਤਰੀਕੇ ਨਾਲ ਸਾਰਿਆਂ ਦਾ ਸਤਿਕਾਰ ਕਰਨਾ ਜਾਣਦੀ ਹੈ। ਜੀ ਸਿੰਘਾਂ ਦੀ ਰਿਹਾਈ ਦੀ ਅਰਦਾਸ ਕੀਤੀ ਜਾਊਗੀ ਔਰ ਪੂਰੀਆਂ ਕੌਮਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਜਾਊਗੀ, ਕਿਉਂਕਿ ਸਰਬੱਤ ਦਾ ਭਲਾ ਮੰਗਦੀ ਹੈ ਸਿੱਖ ਕੌਮ ਤੇ ਇਹ ਕਿਸੇ ਦਾ ਵੀ ਬੁਰਾ ਨਹੀਂ ਸੋਚਦੀ, ਪਰ ਇਹ ਆਪਣਾ ਹੱਕ ਲੈਣ ਵਾਸਤੇ ਹੁਣ ਜ਼ਰੂਰ ਜਦੋਜਹਿਦ ਕਰਦੀ ਰਹੂਗੀ।